ਫਰੀਦਕੋਟ ਦੇ ਜੈਤੋ ਚ ਮੁਕਸਰ ਰੋਡ ਤੇ ਸਥਿਤ ਪਿੰਡ ਰਾਮੂਵਾਲਾ ਦੇ ਸਥਿਤ ਪੈਟਰੋਲ ਪੰਪ ਪ੍ਰਿੰਸ ਕਿਸਾਨ ਸੇਵਾ ਕੇਂਦਰ ਵਿਖੇ ਤਿੰਨ ਹਥਿਆਰਬੰਦ ਲੁਟੇਰਿਆਂ ਵੱਲੋਂ ਹੋਂਡਾ ਸਿਟੀ ਕਾਰ ਵਿੱਚ ਆ ਕੇ ਗੱਡੀ 'ਚ ਤੇਲ ਪਾਉਣ ਦੇ ਬਹਾਨੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਹਨਾਂ ਲੁਟੇਰਿਆਂ ਨੇ ਕਰਿੰਦੇ ਨੂੰ ਗਲੋਂ ਫੜ ਕੇ ਫਾਇਰਿੰਗ ਕੀਤੀ ਅਤੇ ਡਰਾ ਧਮਕਾ ਕੇ ਉਸ ਨਾਲ ਕੁੱਟਮਾਰ ਕਰਕੇ ਉਸ ਦੀ ਜੇਬ 'ਚੋਂ ਕਰੀਬ 8000 ਰੁਪਏ ਖੋਹ ਕੇ ਫਰਾਰ ਹੋ ਗਏ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ DSP ਪਰਮਿੰਦਰ ਸਿੰਘ ਅਤੇ ਥਾਣਾ ਮੁਖੀ ਦਲਜੀਤ ਸਿੰਘ ਘਟਨਾ ਸਥਾਨ ਤੇ ਪਹੁੰਚੇ। ਲੁੱਟ ਦੀ ਇਹ ਵਾਰਦਾਤ CCTV ਕੈਮਰੇ ਵਿੱਚ ਵੀ ਕੈਦ ਹੋਈ ਹੈ। ਇਹ ਲੁਟੇਰੇ ਜੈਤੋ ਵੱਲੋਂ ਆ ਰਹੇ ਸੀ ਅਤੇ ਫਰੀਦਕੋਟ ਵਾਲੀ ਸਾਈਡ ਨੂੰ ਗਏ ਹਨ। ਪੁਲਿਸ ਵੱਲੋਂ ਫਰਾਰ ਹੋਏ ਲੁਟੇਰਿਆਂ ਦੀ ਜੰਗੀ ਪੱਧਰ ਤੇ ਭਾਲ ਜਾਰੀ ਹੈ। ਉਹ ਆਪਣੇ ਜੀ ਗੱਡੀ ਆਈ ਮੈਂ ਤੇਲ ਪਾਉਣ ਗਏ ਜੀ ਤੇ ਉਹਨਾਂ ਨੇ ਢੱਕਣ ਨਹੀਂ ਖੋਲਿਆ ਤੇ ਇੱਧਰ ਪਾਸੇ ਬਾਰਿਸ਼ 'ਚ ਨਿਕਲਿਆ ਉਹ ਤੂੰ ਉਹਨੇ ਆ ਫੜੀ ਫੜ ਕੇ ਤੇ ਉਹ ਪਿਸਤੌਲ ਲਾਤੀ ਤੇ ਉਹ ਪੈਸੇ ਕੱਢ ਲਏ। ਦੂਜਾ ਫਿਰ ਉਹ ਦੂਜੇ ਪਾਸੇ ਨਿਕਲਿਆ ਉਹਨੇ ਵੀ ਇੱਧਰ ਕੰਨ 'ਤੇ ਲਾਤੀ ਅਤੇ ਇੱਧਰ ਉਹਨੇ ਪਹਿਲਾਂ ਹੀ ਚਲਾਤੀ ਸੀਗੀ ਇੱਥੇ। ਕਿੰਨੀ ਪੇਮੈਂਟ ਲੈ ਕੇ ਗਏ ਹੈ? ਪੇਮੈਂਟ ਜੀ 7-8 ਹਜ਼ਾਰ ਲੈ ਗਏ ਉਹਨੇ ਅੰਜਾ ਦੇ ਪੈਸੇ ਤੋਂ। ਕਿਹੜੀ ਗੱਡੀ 'ਤੇ ਆਏ ਸੀਗੇ? ਗੱਡੀ ਹੋਂਡਾ ਸੀ, ਲਵ ਚਿੱਟੀ ਜੀ ਸੀ ਲੰਬੀ। ਕਿੰਨੇ ਬੰਦੇ ਸੀਗੇ? ਬੰਦੇ 3 ਹੋਣਗੇ, ਇੱਕ ਤੋਂ ਡਰਾਈਵਰ, 2 ਪਿੱਛੋਂ ਨਿਕਲੇ ਸੀਗੇ। ਮੋਨੇ ਸੀ ਜਾਂ ਪੱਗ ਵਾਲੇ ਸੀਗੇ? ਮੋਨੇ ਸੀ ਉਹ। ਕੋਈ ਹਥਿਆਰ ਵਗੈਰਾ ਉਹਨਾਂ ਕੋਲ ਕਿੰਨੇ ਸੀਗੇ? ਕੋਈ ਪਤਾ? ਹਥਿਆਰ ਉਹ ਪਿਸਤੌਲ ਜੀ ਸੀਗੀ, ਦੋ ਸੀ, ਦੋਨੋਂ ਪੇ ਸੀਗੇ ਜੀ। ਕੋਈ ਫਾਇਰ ਵਗੈਰਾ ਵੀ ਕੀਤਾ? ਹਾਂ, ਫਾਇਰ ਕੀਤਾ ਜੀ। ਇਹ ਕੋਈ CCTV ਕੈਮਰੇ 'ਚ ਆਏ ਹੈ? ਹਾਂਜੀ ਆਏ ਜੀ। ਇਹ ਰਾਮੂਵਾਲਾ ਪਿੰਡ ਦੇ ਵਿੱਚ ਫਿਲਿੰਗ ਸਟੇਸ਼ਨ ਆ, ਪ੍ਰਿੰਸ ਫਿਲਿੰਗ ਸਟੇਸ਼ਨ, ਜਿਹਦੇ 'ਤੇ 3 ਬੰਦੇ ਸੀਗੇ ਕਾਰ ਦੇ ਵਿੱਚ, ਹੌਂਡਾ ਕਾਰ ਦੇ ਵਿੱਚ ਜੀ। ਉਹਨਾਂ ਕੋਲ 2 ਪਿਸਟਲ ਸੀ, ਉਹਨਾਂ ਨੇ ਮਤਲਬ ਤੇਲ ਤਾਂ ਇਹਦੇ ਕੋਲ ਨਹੀਂ ਪਵਾਇਆ ਹੈਗਾ, ਬਟ ਇਹਦੇ ਕੋਲ ਜ਼ਬਰਦਸਤੀ ਪੈਸੇ ਖੋਹ ਕੇ ਲੈ ਗਏ ਹੋਏ ਆ। 5-7 ਹਜ਼ਾਰ ਰੁਪਇਆ ਇਹਦੇ ਕੋਲ ਜਿੰਨੇ ਵੀ ਸੀਗੇ ਅਤੇ ਉਹ ਖੋਹ ਕੇ ਲੈ ਗਏ ਹੋਏ ਆ। ਅਸੀਂ ਉਹਦੇ 'ਤੇ ਪਰਚਾ ਦਰਜ ਕਰਕੇ ਕਾਰਵਾਈ ਕਰ ਰਹੇ ਹਾਂ, ਜਲਦੀ ਇਹਨਾਂ ਨੂੰ ਅਰੈਸਟ ਕੀਤਾ ਜਾਊ। ਇਸ ਤੋਂ ਇਲਾਵਾ ਸਰ CCTV ਕੈਮਰੇ ਵਗੈਰਾ 'ਚ ਕੁਛ ਆਏ ਕਿਸ ਤਰ੍ਹਾਂ? ਨਹੀਂ, ਅਸੀਂ ਉਹ ਚੈੱਕ ਕਰ ਰਹੇ ਹਾਂ ਹਲੇ ਜੀ। ਕੋਈ ਫਾਇਰਿੰਗ ਵਗੈਰਾ ਵੀ ਕੀਤੀ ਹੈ ਜੀ ਉਹਨਾਂ ਨੇ? ਇਹ ਮੁੰਡਾ ਦੱਸ ਰਿਹਾ ਵੀ ਇੱਕ ਫਾਇਰ ਕੀਤਾ ਉਹਨਾਂ ਨੇ, ਅਸੀਂ ਸਾਰਾ ਵੈਰੀਫਾਈ ਕਰਕੇ ਇਹਨਾਂ ਨੂੰ ਜਲਦੀ ਅਰੈਸਟ ਕਰ ਰਹੇ ਹਾਂ। ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ, ਪੰਜਾਬ ਟੂਡੇ।